ਲੱਗੇ ਨਹੀਂ ਫੇਮ ਤਾਂ ਭਾਜੀ ਦੇਖੋ ਮੇਰਾ ਸੋਹਣਾ ਕਾਰੋਬਾਰ ਆ ਅਮਰੀਕਾ ਦੇ ਵਿੱਚ ਵੀਰ ਅੱਜ ਨਾਲ ਸ਼ਗਨਾਂ ਦੇ ਨਾਲ ਸਾਉਣ ਲੱਗੇ ਮੈਂ ਕੋਈ ਗੱਲ ਨਹੀਂ ਕਰਨਾ ਉਹ ਵੀ ਆਪਣੇ ਭਰਾ ਨੇ ਉਹ ਵੀ ਆਪਣੇ ਭਰਾ ਨੇ ਉਹਨਾਂ ਨੂੰ ਆਪਾਂ ਕਦੇ ਗਲਤ ਨਹੀਂ ਬੋਲਣਾ ਚਾਹਾਂਗੇ ਲੋਕ ਹਨ ਅੱਜ ਵੀ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਣ ਜਾਂਦੇ ਆ ਕਿ ਉਹਨਾਂ ਨੂੰ ਜੋ ਪਿਆਰ ਕਰਦੇ ਆ ਤੁਸੀਂ ਤਾਂ ਉਹਨਾਂ ਦਾ ਜਿੰਨਾ ਹੂਬ ਹੂਨਾਂ ਦੀ ਤਰ੍ਹਾਂ ਵੇਖਦੇ ਹੋ ਉਹਨਾਂ ਦੀ ਤਰ੍ਹਾਂ ਗਾਉਂਦੇ ਹੋ ਤੁਸੀਂ ਸਮਝਿਆ ਵੀ ਇਹ ਗਾਣਾ ਇੱਕ ਵਾਰੀ ਉਹਨਾਂ ਤੱਕ ਲੈ ਕੇ ਜਾਈਏ ਉਹਨਾਂ ਦੇ ਮਾਤਾ ਪਿਤਾ ਨੂੰ ਸੁਣਾਈਏ ਮੈਂ ਜਾਣ ਕੇ ਨਹੀਂ ਜਾਂਦਾ ਵੀਰ ਉਹਨਾਂ ਦੇ ਦੁੱਖ ਦੀ ਰੱਗ ਦੇ ਹੱਥ ਰੱਖਣਾ ਮੈਂ ਪੰਜਾਬੀਆਂ ਦਾ ਉਸੂਲ ਨਹੀਂ ਜੋ ਸਿੱਧੂ ਦੀਆਂ ਰਾਹਾਂ ਤੇ ਚੱਲਦਾ ਮੈਨੂੰ ਲੱਗਦਾ ਜਾਣਾ ਚਾਹੀਦਾ ਨਹੀਂ ਫਿਰ ਲੋਕ ਦੂਏ ਪਾਸੇ ਹੋ ਜਾਂਦੇ ਨੇ ਵੀ ਅਗਲਾ ਫਿਰ ਤਾਂ ਫੇਮ ਭਾਲਦਾ ਹੈ ਨਹੀਂ ਆਪਾਂ ਕਿਸੇ ਦੀ ਮੋਢੇ ਤੇ ਰੱਖ ਕੇ ਨਹੀਂ ਰਫਲ ਚਲਾਉਣੀ ਤੁਸੀਂ ਕਹਿ ਰਹੇ ਹੋ ਕਿਸੇ ਕੰਟਰੋਵਰਸੀ ਬਣਾ ਕਿਤੇ ਲੋਕ ਇਹ ਚੀਜ਼ ਨੂੰ ਸਮਝ ਲੈਣ ਬਾਈ ਸਿੱਧੂ ਦਾ ਡਰਦਾ ਨਹੀਂ ਸੀਗਾ ਵੀ ਤੁਸੀਂ ਤਾਂ ਡਰ ਡਰ ਕੇ ਇਹ ਚੀਜ਼ ਚਾਹੋਗੇ ਵੇਖ ਰਹੇ ਹੋ ਚੈਨਲ ਪੰਜਾਬੀ ਟੇਸ਼ਨ ਤੇ ਮੈਂ ਜੱਸੀ ਬੜਾਇਆ ਚ ਸੋ ਦੋਸਤੋ ਗੱਲ ਕਰੀਏ ਸਿੱਧੂ ਮੂਸੇਵਾਲਾ ਜੋ ਕਿ ਸਾਡੇ ਸਾਰਿਆਂ ਦੇ ਅੱਜ ਵੀ ਜ਼ਿਹਨ ਚ ਅੱਜ ਵੀ ਸਾਨੂੰ ਉਹਨਾਂ ਦੇ ਖਿਆਲ ਉਹਨਾਂ ਦੇ ਗੀਤ ਸਾਨੂੰ ਸੁਣਨ ਨੂੰ ਮਿਲਦੇ ਆ ਪਰ ਅੱਜ ਬਹੁਤ ਖਾਸ ਮੁਲਾਕਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਬਿਲਕੁਲ ਹੂ ਬਹੂ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਦੇਖਣ ਵਾਲੇ ਜਿਨ੍ਹਾਂ ਨੂੰ ਕਿ ਝੋਟਾ ਜੂਐਸੇ ਵਾਲਾ ਕਿਹਾ ਜਾਂਦਾ ਅਕਸਰ ਆਪਾਂ ਕਾਫੀ ਵੀਡੀਓ ਇਹਨਾਂ ਦੀਆਂ ਵੇਖੇ ਨੇ ਇੱਕ ਨਵਾਂ ਗੀਤ ਰਿਲੀਜ਼ ਹੋਣ ਵਾਲਾ ਉਹਨਾਂ ਨਾਲ ਗੱਲਬਾਤ ਕਰਾਂਗੇ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕਿੰਨਾ ਬਈ ਠੀਕ ਠਾਕ ਹੋ ਜੀ ਬਹੁਤ ਵਧੀਆ ਆਸ਼ੀਰਵਾਦ ਆ ਪਰਮਾਤਮਾ ਦਾ ਜੀ ਬਈ ਮੈਂ ਸੱਚ ਕਹਾਂ ਨਾ ਹਕੀਕਤ ਦੇ ਵਿੱਚ ਜਿੱਦਾਂ ਬਈ ਸਿੱਧੂ ਬੋਲਦਾ ਸੀ ਤੁਹਾਡਾ ਲਹਿਜਾ ਵੀ ਤੁਹਾਡਾ ਬੋਲਣ ਦਾ ਉਦਾਂ ਹਨਾ ਹੂ ਹੂ ਦੇਖ ਵੀ ਉਦਾਂ ਦੇ ਰਹੇ ਹੋਗੇ ਇਹ ਪਹਿਲਾਂ ਤੁਹਾਡੀ ਕਦੇ ਵੀਡੀਓ ਨਹੀਂ ਸੀ ਵੇਖੀ ਹੈ ਨਾ ਕਦੇ ਤੁਸੀਂ ਨਹੀਂ ਸੀ ਸਾਹਮਣੇ ਆਏ ਜਦੋਂ ਸਿੱਧੂ ਬਾਈ ਨਾਲ ਇਦਾਂ ਟ੍ਰੈਜਡੀ ਹੁੰਦੀ ਆ ਫਿਰ ਅਚਾਨਕ ਤੁਸੀਂ ਸਾਹਮਣੇ ਆਉਂਦੇ ਹੋਗੇ ਕੀ ਲੱਗਦਾ ਤੁਸੀਂ ਉਹ ਤੁਹਾਨੂੰ ਲੱਗਿਆ ਵੀ ਹੁਣ ਮੈਨੂੰ ਫੇਮ ਲੈ ਲੈਣੀ ਚਾਹੀਦੀ ਆ ਜਾਂ ਕਿਵੇਂ ਤੁਹਾਨੂੰ ਲੱਗਿਆ ਨਹੀਂ ਫੇਮ ਤਾਂ ਭਾਜੀ ਦੇਖੋ ਮੇਰਾ ਸੋਹਣਾ ਕਾਰੋਬਾਰ ਆ ਅਮਰੀਕਾ ਦੇ ਵਿੱਚ ਠੀਕ ਹੈ ਨਾ ਜੀ ਇੱਥੇ ਵੀ ਮੈਂ ਸੁਖਰਾ ਵਧੀਆ ਵਧੀਆ ਕੰਮ ਕਰ ਰਿਹਾ ਪ੍ਰੋਪਰਟੀ ਦਾ ਮੋਹਾਲੀ ਦੇ ਵਿੱਚ ਜਿਹੜੇ ਪੰਥ ਲਈ ਆਪਣੇ ਸਿੰਘ ਸ਼ਹੀਦੀਆਂ ਦੇ ਗਏ ਕੁਰਬਾਨੀਆਂ ਦੇ ਗਏ ਆਪਣੇ ਪੰਥ ਲਈ ਕਿੰਨਾ ਕੁਛ ਕਰਕੇ ਗਏ ਨੇ ਆਪਣੇ ਪੰਥ ਲਈ ਕਿੰਨਾ ਕੁਛ ਛੱਡ ਗਏ ਪਿੱਛੇ ਉਹਨਾਂ ਦਾ ਟੱਬਰ ਨਹੀਂ ਸੀ ਜਵਾਕ ਨਹੀਂ ਸੀ ਉਹਨਾਂ ਦੇ ਬੰਦੇ ਨੂੰ 4 ਘੰਟੇ ਜੇਲ੍ਹ 'ਚ ਕੱਟਣੇ ਔਖੇ ਹੋ ਜਾਂਦੇ ਨੇ ਉਹ ਵੀ ਕੋਠੜੀ ਦੇ ਵਿੱਚ 30-30 ਸਾਲ ਹੋ ਗਏ ਬੈਠਿਆਂ ਨੂੰ 30 ਸਾਲ ਸੌਖੇ ਨਹੀਂ ਨਿਕਲਦੇ 30 ਸਾਲਾਂ ਦੇ ਵਿੱਚ ਦੁਨੀਆ ਬਦਲ ਜਾਂਦੀ ਆ ਪੁੱਤ ਪੋਤਿਆਂ ਦੇ ਵਿਆਹ ਹੋ ਜਾਂਦੇ ਨੇ ਅੱਗੇ 30 ਸਾਲਾਂ ਦੇ ਵਿੱਚ ਇੱਕ ਨਵੇਕਲਾ ਜਿਹਾ ਉਪਰਾਲਾ ਕੀਤਾ ਮੈਂ ਚਾਹੁੰਦਾ ਵੀ ਜਿਹੜੇ ਬੰਦੀ ਸਿੰਘ ਆਪਣੇ ਬੰਦ ਨੇ ਉਹ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਕੋਈ ਸਮਾਜ ਨੂੰ ਮਾੜਾ ਚੰਗਾ ਨਹੀਂ ਉਹਨਾਂ ਨੇ ਉਹ ਸੁਧਾਰੇ ਨੇ ਜਿਹੜੇ ਪੰਜਾਬੀ ਨੂੰ ਖਰਾਬ ਕਰਦੇ ਸੀਗੇ ਜਿੱਦਾਂ ਹੁਣ ਕਹਿ ਰਿਹਾ ਸੀਗਾ ਕਿ ਤੁਸੀਂ ਜੋ ਤੁਸੀਂ ਖੁਦ ਗਾਣਾ ਲਿਖਿਆ ਹੈ ਨਾ ਵੀਰੇ ਇਸ ਤੋਂ ਪਹਿਲਾਂ ਨਹੀਂ ਸੀ ਕਦੇ ਸੁਣਿਆ ਵੀ ਤੁਸੀਂ ਲਿਖ ਰਹੇ ਹੋ ਜਾਂ ਸਿੰਗਿੰਗ ਲਾਈਨ ਦੇ ਵਿੱਚੋਂ ਮੈਂ ਤੁਹਾਨੂੰ ਇਹ ਸਵਾਲ ਕਰਨਾ ਸੀ ਵੀ ਤੁਸੀਂ ਅਚਾਨਕ ਹੁਣ ਕਿੱਦਾਂ ਤੁਹਾਨੂੰ ਲੱਗਿਆ ਵੀ ਮੈਨੂੰ ਇਸ ਫੀਲਡ ਦੇ ਵਿੱਚ ਆਉਣਾ ਚਾਹੀਦਾ ਸਰ ਜਿੰਨੇ ਵੀ ਸਰੋਤੇ ਨੇ ਚਾਹਣ ਵਾਲੇ ਸਰੋਤੇ ਨੇ ਉਹਨੂੰ ਪਿਆਰ ਕਰਦੇ ਨੇ ਮੈਸੇਜ ਕਾਲਸ ਆਉਂਦੀਆਂ ਵੀਡੀਓ ਕਾਲਸ ਆਉਂਦੀਆਂ ਨੇ ਵੀ ਅਸੀਂ ਦੇਖਣਾ ਚਾਹੁੰਦੇ ਹਾਂ ਅਤੇ ਉਹਨਾਂ ਦੀ ਰਹਿਨੁਮਾਈ ਹੇਠ ਮੈਨੂੰ ਇੱਕ ਚਲੋ ਮੈਂ ਇੱਕ ਟਰਾਈ ਕਰਕੇ ਦੇਖਦੇ ਹਾਂ ਅਤੇ ਮੈਂ ਤਾਂ ਕੱਲ੍ਹ ਮੈਨੂੰ 10 ਵਜੇ ਕੱਲ੍ਹ ਰਿਲੀਜ਼ ਕੀਤਾ ਸੀ ਜਸ ਰਿਕਾਰਡ ਵੱਲੋਂ ਗਾਣਾ ਅਤੇ 3 ਘੰਟੇ 'ਚ 1 ਮਿਲੀਅਨ ਹੋ ਗਏ ਸੀਗੇ ਜੀ ਅਤੇ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਬਹੁਤ ਸਾਰੇ ਲੋਕ ਹਨ ਅੱਜ ਵੀ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਣ ਜਾਂਦੇ ਆਗੇ ਉਹਨਾਂ ਨੂੰ ਜੋ ਪਿਆਰ ਕਰਦੇ ਆ ਤੁਸੀਂ ਤਾਂ ਉਹਨਾਂ ਦਾ ਜਿੰਨਾ ਹੂਬ ਹੂਨਾਂ ਦੀ ਤਰ੍ਹਾਂ ਵੇਖਦੇ ਹੋ ਉਹਨਾਂ ਦੀ ਤਰ੍ਹਾਂ ਗਾਉਂਦੇ ਹੋ ਤੁਸੀਂ ਸਮਝਿਆ ਵੀ ਇਹ ਗਾਣਾ ਇੱਕ ਵਾਰੀ ਉਹਨਾਂ ਤੱਕ ਲੈ ਕੇ ਜਾਈਏ ਉਹਨਾਂ ਦੇ ਮਾਤਾ ਪਿਤਾ ਨੂੰ ਸੁਣਾਈਏ ਮੈਂ ਜਾਣ ਕੇ ਨਹੀਂ ਜਾਂਦਾ ਵੀਰ ਉਹਨਾਂ ਦੇ ਦੁੱਖ ਦੀ ਰੱਗ ਦੇ ਹੱਥ ਰੱਖਣਾ ਮੈਂ ਪੰਜਾਬੀਆਂ ਦਾ ਉਸੂਲ ਨਹੀਂ ਹੈ ਮੇਰਾ ਸਾਰਾ ਕੁਛ ਤਕਰੀਬਨ ਉਹਨਾਂ ਦਾ ਮਿਲਦਾ ਮੈਂ ਆਪਣੇ ਮੂੰਹ ਨਹੀਂ ਕਹਿੰਦਾ ਲੋਕ ਕਹਿੰਦੇ ਨੇ ਅਤੇ ਹਾਲੇ ਤਾਂ ਮੇਰੇ ਕੈਰੀਅਰ ਦੀ ਸ਼ੁਰੂਆਤ ਹੈ ਜੀ ਹਾਲੇ ਤਾਂ ਮੈਂ ਆਇਆ ਕਦੇ ਗਲਤ ਨਹੀਂ ਬੋਲਣਾ ਚਾਹਾਂਗੇ ਹਾਂਜੀ ਤੁਹਾਨੂੰ ਲੱਗਦਾ ਇਹ ਕੰਟਰੋਵਰਸੀਆਂ ਤੁਹਾਡੇ ਨਾਲ ਨਾਲ ਚੱਲਣਗੀਆਂ ਬਾਈ ਜਦੋਂ ਕੋਈ ਵੀ ਤੁਸੀਂ ਗੀਤ ਰਿਲੀਜ਼ ਕਰੋਗੇ ਕੁਛ ਵੀ ਕਰੋਗੇ ਤਾਂ ਇਹ ਚੀਜ਼ਾਂ ਨਾਲ ਨਾਲ ਚੱਲਣਗੀਆਂ ਨੇ ਪ੍ਰਿਪੇਅਰਿੰਗ ਚੀਜ਼ਾਂ ਲਈ ਤਿਆਰ ਹਾਂ ਜੀ ਕੋਈ ਚੱਕਰ ਨਹੀਂ ਸਿੰਘ ਕੋਠੜੀ ਜੇ ਬੰਦ ਨੇ ਮੈਂ ਤਾਂ ਫਿਰ ਵੀ ਆਜ਼ਾਦ ਹਾਂ ਬੜਾ ਡਟ ਕੇ ਮੁਕਾਬਲਾ ਕਰਾਂਗੇ ਇਹ 'ਚ ਕਿਹੜੀ ਗੱਲ ਆ ਕਾਨੂੰਨ ਆਉਂਦਾ ਮੈਨੂੰ ਸਾਰਾ ਜਾਣਦਾ ਕਾਨੂੰਨ ਮੈਂ ਸਿੱਧੂ ਬਾਈ ਦੀ ਨਾ ਹਰ ਗਾਣੇ 'ਚ ਇੱਕ ਤਿੱਖੀ ਚੋਟ ਹੁੰਦੀ ਸੀ ਸਰਕਾਰ 'ਤੇ ਹੋਵੇ ਕਿਸੇ ਚੀਜ਼ 'ਤੇ ਹੋਵੇ ਜੋ ਤੁਸੀਂ ਇਹ ਗਾਣਾ ਲਿਖਿਆ ਤੁਹਾਨੂੰ ਵੀ ਚੀਜ਼ ਦਾ ਡਰ ਸੀ ਵੀ ਜੇ ਗੌਰਮੈਂਟ ਦਾ ਕੀ ਹੋਇਆ ਰਿਐਕਸ਼ਨ ਹੋਏਗਾ ਇਸ ਕੇਸ ਦੱਬ ਕੇ ਸੱਟ ਮਾਰੀ ਆ ਦੇਖੋ ਗਾਣਾ ਸੁਣਿਓ ਤੁਸੀਂ ਮੇਰਾ ਚਲਾਇਓ ਆਪਣੇ ਪੇਜਾਂ 'ਤੇ ਧਮਾਕੇਦਾਰ ਐਂਟਰੀ ਬਰੂਦ ਵਰਗੀ ਜੇ ਪੇਸ਼ੀ ਉੱਤੇ ਪੈਂਦੇ ਪਟਾਕੇ ਮਿੱਠੀ ਥੋੜ੍ਹਾ ਗਾ ਕੇ ਜੇਲ੍ਹਾਂ ਵਿੱਚ ਬੈਠੇ ਆ ਪ੍ਰਾਹੁਣੇ ਬਣ ਕੇ ਗਾ ਕੇ ਸੁਣਾ ਦੀ ਮੈਂ ਤੁਹਾਡਾ ਜੇਲ੍ਹਾਂ ਵਿੱਚ ਬੈਠੇ ਆ ਪ੍ਰਾਹੁਣੇ ਬਣ ਕੇ ਬੇੜੀਆਂ ਦੇ ਨਾਲ ਸਾਡੀ ਸਾਂਝ ਪੱਕੀ ਹੈ ਵੀ ਬੇੜੀਆਂ ਜਿਹੜੀਆਂ ਪੈਰਾਂ 'ਚ ਵੀ ਲਾ ਦੇਣੀਆਂ ਗਲ 'ਚ ਵੀ ਲਾ ਦੇਣੀਆਂ ਹੱਥਾਂ 'ਤੇ ਵੀ ਲਾ ਦੇਣੀਆਂ ਉਹਨਾਂ ਨਾਲ ਸਾਡੀ ਸਾਂਝ ਪੱਕੀ ਹੈ 30 ਸਾਲ ਬਾਈ ਜੀ ਕੱਟਣੇ ਸੌਖੇ ਨਹੀਂ ਹੁੰਦੇ ਸੋ ਇਹ ਮੈਸੇਜ ਆ ਸੁਨੇਹਾ ਮੇਰਾ ਇੱਕ ਅਤੇ ਯੂਥ ਨੂੰ ਵੀ ਇੱਕ NIA ਗਾਣਾ ਲੈ ਕੇ ਆ ਬਹੁਤ ਧਮਾਕੇਦਾਰ ਵਧੀਆ ਗਾਣਾ NIA ਹਾਂਜੀ ਜਿੱਦਾਂ ਤੁਸੀਂ ਕਿ ਹੁਣ ਤੁਸੀਂ ਉਹ ਗੀਤਾਂ ਨੂੰ ਲੈ ਕੇ ਚੱਲੇ ਹੋ ਜੋ ਬਾਈ ਸਿੱਧੂ ਗਾਉਂਦਾ ਸੀਗਾ ਇਹੀ ਲੈ ਤੇ ਚੱਲਦੇ ਰਹੋਗੇ ਕਿਤੇ ਐਂਗਲ ਬਦਲ ਤਾਂ ਨਹੀਂ ਲਓਗੇ ਜਦੋਂ ਥੋੜ੍ਹਾ ਨਾਮ ਮਿਲ ਗਿਆ ਵੀ ਨਹੀਂ ਚਲੋ ਹੁਣ ਇਹੀ ਐਂਗਲ ਰੱਖਾਂਗੇ ਬਾਹਲੇ ਐਂਗਲ ਬਾਹਲਾ ਗਾਲ 'ਚ ਨਹੀਂ ਕਰੀਦੇ ਜੀ
ਬਾਹਲੇ ਲਾਲਚ ਨਹੀਂ ਕਰੀਦਾ, ਬਾਹਲੇ ਚੱਕਰਾਂ 'ਚ ਨਹੀਂ ਪਈਦਾ। ਪਰਮਾਤਮਾ ਨੇ ਪਹਿਲੀ ਮੈਨੂੰ ਬਹੁਤ ਕੁਝ ਦਿੱਤਾ ਹੋਇਆ। ਚਲੋ ਇੱਕ ਇਹ ਚੀਜ਼ ਵੀ ਨਾਲ ਜੁੜ ਗਈ ਮੇਰੇ, ਇਨਸਾਨ ਤਾਂ ਵੱਖਰਾ ਨਾ, ਇਨਸਾਨ ਤਾਂ ਵੱਖਰਾ। ਚਲੋ ਜਿਹੜੀ ਚੀਜ਼ਾਂ ਜੁੜੀ ਜਾਂਦੀਆਂ ਨੇ, ਚਲੋ ਵਾਹਿਗੁਰੂ ਦੀ ਮਿਹਰ ਹੈ ਜੀ। ਸਿੱਧੂ ਦੀ ਇੱਕ ਉਹ ਚੰਗੀ ਗੱਲ ਸੀ ਨਾ, ਕਹਿੰਦੇ ਉਹ ਕਹਿੰਦੇ ਫੋਰਨ ਨੂੰ ਸਾਡੇ ਕਿ ਆਪਣੇ ਪਿੰਡ 'ਚ ਰਹਿੰਦੇ ਸੀਗੇ, ਤੁਸੀਂ ਇਹ ਚੀਜ਼ ਨੂੰ ਅਪਣਾਓਗੇ? ਭਾਅ ਜੀ ਮੈਂ ਪਹਿਲੀ ਵਾਰ ਰਹਿੰਦੀ, ਮੈਂ ਤਾਂ ਰਹਿੰਦਾ ਰਹਿੰਦੀ ਇੱਥੇ ਹੁਣ, ਪਹਿਲਾਂ ਮੈਂ ਬਾਹਰ ਰਹਿੰਦਾ ਸੀ। ਚਲੋ ਮੈਂ ਹੁਣ ਉਰੇ ਆ ਕੇ ਮਿਹਨਤ ਕਰ ਰਿਹਾ ਜੀ ਆਪਣੀ, ਹੌਲੀ ਹੌਲੀ ਲੱਗੇ ਹੋਏ ਹਾਂ। ਨਾਂ ਦੀ ਹੈ ਨਾ ਤੁਸੀਂ ਝੋਟਾ ਯੂਐਸਏ ਵਾਲਾ, ਤੁਸੀਂ ਆਪਣਾ ਨਾਂ ਲੈ ਕੇ ਕਿਉਂ ਨਹੀਂ ਅੱਗੇ, ਤੁਸੀਂ ਇਹੀ ਨਾਂ ਕਿਉਂ ਤੁਸੀਂ? ਇਹ ਤਾਂ ਮਾਲਕ ਨੇ ਕਰਾਇਆ ਜੀ, ਕਰੇ ਕਰਾਵੇ ਆਪੋ ਆਪ, ਇਹ ਮਾਨਸ ਕੀ ਜਾਤ, ਮੈਂ ਕਿਹਾ ਉਹਨਾਂ ਕਰਨ ਵਾਲਾ ਨਾ, ਮੈਂ ਉਹ ਤੱਕ ਪਹੁੰਚਣ ਵਾਲਾ ਸੀ। ਇਹ ਤਾਂ ਮਾਲਕ ਆਪ ਲੈ ਕੇ ਆਉਂਦਾ ਉਂਗਲ ਫੜ ਕੇ। ਇਹ ਨਾਂ ਤੁਹਾਨੂੰ ਕਿੰਨਾ ਨੇ ਦਿੱਤਾ? ਸਰੋਤਿਆਂ ਨੇ ਪਿਆਰ ਕਰਨ ਵਾਲੇ ਨੇ। ਹਾਂਜੀ ਵਧੀਆ ਨਾ। ਅੱਛਾ ਮੈਂ ਨਾ ਵੇਖ ਰਿਹਾ ਪਿੱਛੇ ਉਹੀ ਨਾਟ ਗਿਆ ਹੈ ਨਾ, ਤੁਸੀਂ ਪੋਸਟਰ ਲਾਇਆ। ਇਹ ਸ਼ੌਂਕ ਆ ਜਿਹੜਾ ਤੁਹਾਨੂੰ ਟਰੈਕਟਰਾਂ ਦਾ, ਸ਼ੁਰੂ ਤੋਂ ਸੀਗਾ? ਸਿੱਧੂ ਬਾਈ ਨੂੰ ਪਹਿਲਾਂ ਤੋਂ ਹੀ ਸ਼ੌਂਕ ਸੀਗਾ, ਉਹ ਕਹਿੰਦੇ ਮੈਂ ਤਾਂ ਮਿੱਟੀ ਨਾਲ ਜੁੜਿਆ ਹੋਇਆ, ਮੈਂ ਖੇਤ 'ਚ ਹੀ ਰਹਿਣਾ ਗਾ। ਮੈਂ ਤੁਹਾਡੇ ਤੋਂ ਪੁੱਛਾਂ ਤਾਂ ਤੁਹਾਨੂੰ ਸੀਗਾ ਸ਼ੌਂਕ ਜਾਂ ਬਾਅਦ 'ਚ ਆਪਾਂ ਕੀ ਚੀਜ਼ਾਂ ਅਪਣਾ ਲੈਂਦੇ ਹਾਂ ਨਾ, ਬਾਈ ਸਿੱਧੂ ਇੱਦਾਂ ਕਰਦਾ ਸੀ ਤਾਂ ਮੈਂ ਵੀ ਉਹ ਚੀਜ਼ ਨੂੰ ਅਪਣਾ। ਬਾਅਦ 'ਚ ਆਪਣਾ ਬੇਸਿਕਲੀ ਮਾਇੰਡ ਨਾ ਥੋੜ੍ਹਾ ਜਿਹਾ ਮੇਰਾ, ਉਹਦਾ ਮਾਇੰਡ ਹੋਰ ਸੀ, ਮੇਰਾ ਮਾਇੰਡ ਹੋਰ ਆ। ਮੈਂ ਬਿਜ਼ਨਸਮੈਨ ਇਨਸਾਨ ਹਾਂ ਅਤੇ ਆਪਾਂ ਬਾਹਲਾ ਕਿਸੇ ਨੂੰ ਲੜਾਈ ਝਗੜਾ ਜਾਂ ਹੋਰ ਮੈਂ ਕੰਟਰੋਵਰਸੀ ਨਹੀਂ ਪੈਣਾ ਚਾਹੁੰਦਾ। ਤਾਂ ਹੀ ਮੈਂ ਕਿਹਾ ਵੀ ਇਹ ਮੈਂ ਗਾਲਾ ਉੱਥੇ ਵੀ ਰਿਲੀਜ਼ ਕਰ ਸਕਦਾ, ਬੰਦੀ ਸਿੰਘਾਂ ਦੇ ਉੱਥੇ ਵੀ ਰਿਲੀਜ਼ ਕਰ ਸਕਦਾ ਜੀ, ਜੇ ਸੁਰਖੀਆਂ ਬਟੋਰਨੀਆਂ ਹੁੰਦੀਆਂ ਮੈਂ ਹੋਰ ਸੁਰਖੀਆਂ ਮਿਲਦੀਆਂ ਮੈਨੂੰ। ਨਹੀਂ ਆਪਾਂ ਕਿਸੇ ਦੀ ਮੋਢੇ 'ਤੇ ਰੱਖ ਕੇ ਨਹੀਂ ਰਫਲ ਚਲਾਉਣੀ। ਤੁਸੀਂ ਕਹਿ ਰਹੇ ਹੋ ਕਿਸੇ ਕੰਟਰੋਵਰਸੀ ਬਣਾ, ਕਿਤੇ ਲੋਕ ਇਹ ਚੀਜ਼ ਨੂੰ ਸਮਝ ਲੈਣ ਬਾਈ ਸਿੱਧੂ ਦਾ ਡਰਦਾ ਨਹੀਂ ਸੀਗਾ ਵੀ ਤੁਸੀਂ ਤਾਂ ਡਰ ਡਰ ਕੇ ਇਹ ਚੀਜ਼ ਚਾਹੋਗੇ? ਨਹੀਂ ਡਰਨਾ ਕਾਹਦੇ ਵਾਸਤੇ ਆ, ਕੌਣ ਡਰਾ ਲੂਗਾ ਮੈਨੂੰ ਨਾਲੇ? ਨਹੀਂ ਤੁਸੀਂ ਕਹਿ ਰਹੇ ਹੋ ਕਿਸੇ ਕੰਟਰੋਵਰਸੀ 'ਚ ਨਹੀਂ ਬਹਿਣਾ, ਮਤਲਬ ਇਹ ਜੇ ਚੀਜ਼ਾਂ ਕਰੋਗੇ ਤਾਂ ਉਹ ਚੀਜ਼ਾਂ ਨਾਲ ਨਾਲ ਚੱਲਣਗੀਆਂ? ਨਹੀਂ ਕੰਟਰੋਵਰਸੀ ਇਹ ਮਤਲਬ ਥੋੜ੍ਹਾ ਹੁੰਦਾ ਮੈਂ ਡਰਦਾ, ਮੈਂ ਪੜ੍ਹੇ ਲਿਖੇ ਇਨਸਾਨ ਹਾਂ, ਮੈਂ ਮਾਸਟਰਸ ਕੀਤੀ ਹੋਈ ਆ ਵੀ ਆਪਾਂ ਇਹ ਚੀਜ਼ ਨੂੰ ਅਵੋਇਡ ਕਰੀਏ ਜਿੰਨਾ ਕਰ ਸਕਦੇ ਹਾਂ ਵੀ ਆਪਾਂ ਅੱਗੇ ਵਧੀਏ। ਤੁਹਾਨੂੰ ਕੀ ਲੱਗਦਾ ਕਿ ਸਿੱਧੂ ਇਹਨਾਂ ਗੱਲਾਂ ਤੋਂ ਅਣਜਾਣ ਸੀਗਾ, ਨਹੀਂ ਸਹੀ ਪਤਾ? ਅਣਜਾਣ ਨਹੀਂ, ਉਹ ਉਹਦੀ ਉਹ ਆ ਜੀ, ਹੈ ਨਾ, ਆਪਾਂ ਕਿਸੇ ਬਾਰੇ ਟਿੱਪਾ ਟਿੱਪਣੀ ਨਹੀਂ ਕਰਨੀ ਚਾਹੁੰਦੇ। ਹਾਂ ਭਵਿੱਖ ਦੇ ਵਿੱਚ ਤੁਸੀਂ ਉਹਨਾਂ ਦੇ ਮਾਤਾ ਪਿਤਾ ਨੂੰ ਕਦੇ ਮਿਲੋਗੇ, ਬਹਿ ਕੇ ਗੱਲਾਂ ਬਾਤਾਂ ਕਰੋਗੇ? ਜਾ ਕੇ ਆਉਂ, ਜਦੋਂ ਮੈਨੂੰ ਮੌਕਾ ਮਿਲਿਆ ਮੈਂ ਜ਼ਰੂਰ ਜਾ ਕੇ ਆਉਂਗਾ ਜੀ। ਹਾਂਜੀ ਹਾਂ, ਆਡੀਅੰਸ ਨੂੰ ਕੀ ਕਹਿਣਾ? ਸੋ ਮੇਰੇ ਗਾਣੇ ਨੂੰ ਪੂਰਾ ਪਿਆਰ ਦਿਓ, ਸਿੰਗਰ ਲਈ ਜੱਸ ਰਿਕਾਰਡ ਵੱਲੋਂ ਕੀਤਾ ਗਿਆ ਜੀ ਕੰਪਨੀ ਵੱਲੋਂ, ਇਹ ਸ਼ੇਅਰ ਸਪੋਰਟ ਪੂਰਾ ਦੱਬ ਕੇ ਕਰਿਓ ਜੀ। ਜਾਂਦੇ ਨੇ ਮਿਲਾਸ ਜੀ, ਤੁਸੀਂ ਚੜਾਉਣਾ, ਤੁਸੀਂ ਤਾਰਨਾ ਜੀ, ਲੋਕਾਂ ਦੇ ਹੱਥ ਹੈ ਨਾ। ਸਿੱਧੂ ਬਾਈ ਦਾ ਕਿਹੜਾ ਉਹ ਗੀਤ ਹੈ ਜਿਹੜਾ ਤੁਸੀਂ ਅਕਸਰ ਤੁਹਾਡੇ ਜ਼ਹਿਨ 'ਚ ਰਹਿੰਦਾ ਹੈ ਨਾ, ਵੀ ਜਦੋਂ ਆਪਾਂ ਕਈ ਵਾਰੀ ਇਕੱਲੇ ਵੀ ਹੁੰਦੇ ਹਾਂ, ਗੱਡੀ 'ਚ ਵੀ ਹੁੰਦੇ ਹਾਂ, ਇੱਕ ਗੀਤ ਹਮੇਸ਼ਾ ਵੱਜਦਾ ਰਹਿੰਦਾ ਹੈ ਨਾ, ਉਹ ਕਿਹੜਾ ਜਿਹੜਾ ਤੁਸੀਂ ਤੁਹਾਡੇ ਨਾਲ ਅਕਸਰ ਤੁਹਾਡੇ ਨਾਲ ਗੀਤ ਚੱਲਦਾ ਸਿੱਧੂ ਬਾਈ? ਮੈਂ ਹੁਣ ਉਸ ਵੀਰ 'ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜੀ, ਬਸ। ਹਾਂ, ਹੋਰ ਤੁਸੀਂ ਕੁਛ ਪੁੱਛ ਸਕਦੇ ਹੋ, ਕੁਸ਼ਚਨ ਜਿਹੜੇ ਮਰਜ਼ੀ ਪੁੱਛ ਲਓ ਜੀ। ਪਰ ਲੋਕਾਂ ਨੇ ਕਹਿਣਾ ਕਿ ਤੁਸੀਂ ਹੂ ਹੂ ਵੀਰ ਦੀ ਤਰ੍ਹਾਂ ਚੱਲਦੇ ਹੋ, ਪਰ ਹੁਣ ਤੁਸੀਂ ਕਹਿੰਦੇ ਕਿ ਉਹਨਾਂ ਕੋਈ ਉਹ ਗੱਲ ਨਹੀਂ ਕਰਦੀ, ਬਸ ਉਹ ਕੋਈ ਹੋਰ ਗੱਲ ਕਰ ਲਓ, ਜਿਹੜੀ ਜਿਹੜੀ ਚੀਜ਼ ਪੁੱਛਣਾ ਚਾਹੋ, ਕੋਈ ਕੁਸ਼ਚਨ ਜਿਹੜਾ ਮਰਜ਼ੀ ਪੁੱਛ ਲਓ, ਅੱਜ ਕੋਈ ਸ਼ਗਨਾ ਦਿੰਦਾ, ਕੋਈ ਗੱਲ ਕਿਸੇ ਹੋਰ ਪਾਸੇ ਚੱਲ ਜਾਂਦੀ ਹੈ, ਉਹ ਚੱਕ ਲੈਂਦੇ ਨੇ ਫਿਰ ਗੱਲ ਨੂੰ। ਹਾਂਜੀ ਹਾਂ, ਤੁਸੀਂ ਟੂ ਪੱਕ ਦਾ ਇਹਦੇ ਵਿੱਚ ਉਹ ਕੀਤਾ? ਹਾਂ, ਟੂ ਪੱਕ ਦਾ ਇਹਦੇ ਵਿੱਚ ਕੋਲੈਬੋਰੇਸ਼ਨ ਹੈਗੀ ਹੈ ਜੀ ਇਹਦੇ ਵਿੱਚ, ਅਤੇ ਬਹੁਤ ਸੋਹਣਾ ਤਰੀਕਾ, ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਜੀ। ਹਾਂਜੀ, ਥੈਂਕ ਯੂ ਭਾਅ ਜੀ।